ਰਾਸ਼ਟਰੀ ਤ્વਜ ਤਿਰੰਗਾ ਰਾਸ਼ਟਰੀ ਝੰਡਾ ਤਿਰੰਗਾ ਅੱਧਾ ਛਕਾ ਦਿਓ ਕਹਿੰਦੇ ਮਹਾਰਾਣੀ ਜੀ ਚੜਾਈ ਕਰ ਗਏ ਮਹਾਰਾਣੀ ਐਲਿਜ਼ਾਬੈਥ 76 ਸਾਲ ਮਹਾਰਾਣੀ ਰਹੀ 96 ਸਾਲ ਦੀ ਉਮਰ ਚ ਪ੍ਰਸਥਾਨ ਕੀਤਾ ਤੇ ਪ੍ਰਧਾਨ ਮੰਤਰੀ ਨਰਮੋਦੀ ਜੀ ਦੇ ਹੁਕਮਾਂ ਨਾਲ ਰਾਸ਼ਟਰੀ ਸ਼ੋਅ ਕਲਾਨੇ ਆ ਗਿਆ ਤਿਰੰਗੇ ਨੂੰ ਅੱਧਾ ਚੁਕਾ ਦਿੱਤਾ ਗਿਆ ਜਨਾਬ ਲੋਕਾਂ 'ਚ ਚਰਚਾ ਹੈ ਕਿ ਇੱਕ ਪਾਸੇ ਮੋਦੀ ਜੀ ਕਹਿੰਦੇ ਗੁਲਾਮੀ ਦੇ ਨਿਸ਼ਾਨ ਮਟਾਉਣੇ ਆ ਦੂਏ ਪਾਸੇ ਗੁਲਾਮੀ ਦਾ ਪ੍ਰਤੀਕ ਹੈ ਕਹਿੰਦੇ ਦੂਸਰੇ ਪਾਸੇ ਦੂਜੇ ਲੋਕੀ ਵੀ ਕਹਿੰਦੇ ਆ ਕਿ ਨਹੀਂ ਇਸ ਮੌਕੇ ਮਾਨਵਤਾ ਦਿਖਾਉਣ ਦੀ ਲੋੜ ਹੁੰਦੀ ਆ ਕਿ ਇਸ ਲਈ ਜ਼ਿਕਰ ਉਹ ਚੜ੍ਹਾਈ ਕੀਤੀ ਆ ਤਾਂ ਉਸ ਵੱਜੋਂ ਨੂੰ ਉਹ ਰਤਬਾ ਦੇਣਾ ਬਣਦਾ ਸੀ ਇਸ ਲਈ ਇਹ ਰਾਸ਼ਟਰੀ ਸ਼ੋਕ ਲਾਣਾ ਹੈਗਾ ਪਰ ਜਿਹੜੇ ਮਾਨਵਤਾ ਦਾ ਦਮ ਭਰਦੇ ਨੇ ਉਨਨ ਪੁੱਛੋ ਕਿ ਜਦੋਂ ਉਹ ਰਾਜ ਕਰਨ ਆਏ ਸੀ ਤਾਂ ਮਾਨਵਤਾ ਕਿੱਥੇ ਸੀ ਜਿਸ ਢੰਗ ਨਾਲ ਸਾਡੇ ਦੇਸ਼ ਦੇ ਵਿੱਚ ਰਾਜ ਕੀਤਾ ਦੇਸ਼ ਦੇ ਲੋਕਾਂ ਨਾਲ ਜੋ ਵਿਵਹਾਰ ਕੀਤਾ ਦੇਸ਼ ਦੇ ਖਜ਼ਾਨੇ ਨੂੰ ਜਿਵੇਂ ਲੁੱਟਿਆ ਦੇਸ਼ ਦੇ ਘਰਾਣਿਆਂ ਨੂੰ ਜਿਵੇਂ ਲੁੱਟਿਆ ਦੇਸ਼ ਦੇ ਕਿਸਾਨਾਂ ਨੂੰ ਜਿਵੇਂ ਲੁੱਟਿਆ ਸ਼ਹਾਦਤ ਇੱਕ ਲੰਬੀ ਜੰਗ ਚੱਲੀ ਕਿੰਨੇ ਹੀ ਸਾਡੇ ਆਜ਼ਾਦੀ ਦੇ ਪਰਵਾਨੇ ਸ਼ਹੀਦ ਹੋਏ ਤੇ ਤਦ ਮਾਨਵਤਾ ਕਿੱਥੇ ਸੀ ਜਨਾਬ ਇੱਧਰ ਮੋਦੀ ਜੀ ਕਹਿੰਦੇ ਰਾਜਪਤਾ ਨਾ ਬਦਲ ਕੇ ਕਰਤੱਬੇ ਪੱਥ ਕਰ ਦਿਓ ਗੁਲਾਮੀ ਦਾ ਪ੍ਰਤੀਕ ਹੈ ਮੋਦੀ ਜੀ ਕਹਿੰਦੇ ਨਾ 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 ਥਲ ਸੈਨਾ ਦੇ ਵਿੱਚੋਂ ਇਹ ਨਿਸ਼ਾਨ ਹਟਾ ਦਿਓ ਉਹਨਾਂ ਦੇ ਝੰਡੇ ਚੋਂ ਇਹ ਗੁਲਾਮੀ ਦਾ ਪ੍ਰਤੀਕ ਹੈ ਤੇ ਮੋਦੀ ਜੀ ਲੋਕ ਪੁੱਛਦੇ ਨੇ ਜਨਾਬ ਆ ਮਹਾਰਾਣੀ ਜੀ ਦਾ ਜਿਆਦਾ ਹੇਜ ਕਿਉਂ ਜਾ ਗਿਆ ਉਹਨਾਂ ਦੇ ਜਾਣ ਦਾ ਇਹਨਾਂ ਦੁੱਖ ਕਿਉਂ ਹੋ ਗਿਆ ਕਿ ਤੁਹਾਡੇ ਹੰਝੂ ਹੰਝੂ ਪਤਾ ਨਹੀਂ ਪਰ ਉਹ ਝੰਡਾ ਤੁਸੀਂ ਥੱਲੇ ਕਰਾਇਆ ਤੇ ਇਸ ਲਈ ਲੋਕ ਪੁੱਛਦੇ ਆ ਜਨਾਬ ਕੀ ਗੁਲਾਮੀ ਦਾ ਪ੍ਰਤੀਕ ਨਹੀਂ ਕੀ ਅਸੀਂ ਅਜੇ ਵੀ ਗੁਲਾਮ ਹਾਂ ਠੀਕ ਹੈ ਦੂਜੇ ਤਰ੍ਹਾਂ ਦਾ ਪੱਖ ਵੀ ਸੁਣ ਲੈਣਾ ਚਾਹੀਦਾ ਚਾਹੇ ਉਹ ਮੋਦੀ ਤਰ ਦਾ ਪੱਖ ਹੋਵੇ ਚਾਹੇ ਭਾਜਪਾ ਤਰ ਦਾ ਪੱਖ ਹੋਵੇ ਚਾਹੇ ਕੁਝ ਆਮ ਲੋਕਾਂ ਦਾ ਪੱਖ ਹੋਵੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜਦੋਂ ਬੰਦਾ ਗਿਆ ਤਾਂ ਉਹਦੀਆਂ ਸਾਰੀਆਂ ਕੁਰੀਤੀਆਂ ਉਹਨਾਂ ਦੇ ਸਾਰੇ ਪਾਪ ਨਾਲੇ ਨਿਵੇੜ ਦਿਓ ਜਾਣ ਤੋਂ ਬਾਅਦ ਕੋਈ ਨਿੰਦਾ ਨਹੀਂ ਐਸ ਲਈ ਠੀਕ ਹੈ ਭਾਈ ਬੀਬੀ ਚਲੀ ਗਈ ਸਾਰੇ ਨਾਲ ਨਫਸੋਸ ਪ੍ਰਕਟਾ ਲਿਆ ਪਰ ਬੀਬੀ ਦੀ ਇਸ ਅੰਤਮ ਯਾਤਰਾ ਤੇ ਨਿਕਲਣ ਸਮੇਂ ਪੰਜਾਬ ਦੀ ਫੇਰੀ ਫਿਰ ਚਰਚਾ ਚ ਆ ਗਈ ਜੀ ਹਾਂ ਮਹਾਰਾਣੀ ਐਲਿਜ਼ਾਬੈਥ 14 ਅਕਤੂਬਰ 1997 ਨੂੰ ਅੰਮ੍ਰਿਤਸਰ ਆਈ ਸੀ ਤੇ ਅੰਮ੍ਰਿਤਸਰ ਆਉਣ ਦਾ ਮਤਲਬ ਸੱਚਖੰਡਰੀ ਦਰਬਾਰ ਸਾਹਿਬ ਜਾਣਾ ਬਿਲਕੁਲ ਜੀ ਪ੍ਰੋਗਰਾਮ ਇਹੋ ਤੈ ਸੀ ਕਿ ਮਹਾਰਾਣੀ ਅਲੀਜ਼ਾਬੈਥ ਅੰਮ੍ਰਿਤਸਰ ਪਹੁੰਚੇਗੀ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਉੱਥੇ ਪਹੁੰਚੇਗੀ ਉਤਰ ਕੇ ਕਾਫਲਾ ਸੱਚਖੰਡਰੀ ਦਰਬਾਰ ਸਾਹਿਬ ਵਿਖੇ ਆਏਗਾ ਹੋਇਆ ਵੀਨ ਜੀ ਵਿਸ਼ੇਸ਼ ਜਹਾਜ਼ ਰਾਹੀਂ ਉੱਥੇ ਪਹੁੰਚੀ ਕਾਰ ਵਾਲਾ ਨਾਲ ਸੀ ਅਮਲਾ ਫਾਲਾ ਨਾਲ ਸੀ ਪੂਰਾ ਲੋਲ ਅਸ਼ਕਰ ਨਾਲ ਸੀ ਤੇ ਕਾਫਲਾ 에어ਪੋਰਟ ਤੋਂ ਨਿਕਲ ਕੇ ਸਪੈਸ਼ਲ ਜਹਾਜ਼ ਤੋਂ ਬਾਹਰ ਆ ਕੇ ਗੱਡੀਆਂ 'ਚ ਬੈਠ ਕੇ ਕਾਫਲਾ ਦਰਬਾਰ ਸਾਹਿਬ ਕੰਨੀ ਨੂੰ ਤੁਰ ਪਿਆ ਪਰ ਰਾਹ 'ਚ ਹੀ ਸਾਰਾ ਕੁਝ ਅਦਲ ਬਦਲ ਹੋਇਆ ਕਿ ਪਹਿਲਾਂ ਗੱਡੀਆਂ ਜਾ ਕੇ ਜੱਲੇ ਵਾਲੇ ਬਾਗ ਰੁਕੀਆਂ ਹੈਰਾਨੀ ਵੀ ਹੋਈ ਸਭ ਨੂੰ ਤੇ ਮਨ 'ਚ ਇੱਕ ਸਕੂਨ ਵੀ ਜਾਗ ਗਿਆ ਕਿ ਕਮਾਲ ਆ ਪਾਈ ਰਟੇਨ ਦੀ ਮਹਾਰਾਣੀ ਉਸ ਜੱਲੇ ਵਾਲੇ ਬਾਗ ਇਥੇ ਖੁੰਨੀ ਸਾਕਾ ਬਸਾਖੀ ਵਾਲਾ ਦਿਨ ਤੇ ਉਹ ਹਹਾਕਾਰ ਉਹ ਪੀੜ ਉਹ ਚੀਕਾਂ ਕਿ ਸ਼ਾਇਦ ਅੰਦਰ ਮਮਤਾ ਜਾਗ ਗਈ ਸ਼ਾਇਦ ਅੰਦਰ ਉਸ ਦੁੱਖ ਦਾ ਅਹਿਸਾਸ ਹੋ ਗਿਆ ਸ਼ਾਇਦ ਮਹਾਰਾਣੀ ਐਲਿਜ਼ਾਬੈਥ ਨੂੰ ਆਪਣੇ ਕੀਤੇ ਗੁਨਾਹ ਆਪਣੇ ਕੀਤੇ ਪੁਰਵਾ ਪੁਰਬਜ਼ਾਂ ਦੇ ਗੁਨਾਹ ਸ਼ਾਇਦ ਚੇਤੇ ਆ ਗਏ ਇਸ ਲਈ ਉਹਥੇ ਸਜਦਾ ਕਰਨਾ ਆ ਗਈ ਕਹਿੰਦੇ ਚਲੋ ਜੀ ਜੱਲਿਆਂ ਵਾਲੇ ਬਾਗ ਅੰਦਰ ਚਲੇਗੇ ਸਮਾਰਕ ਦੇ ਮੂਹਰੇ ਖੜੇ ਆਂ ਗੋਲੀਆਂ ਦੇ ਨਿਸ਼ਾਨ ਦੇਖੇ ਐ ਗੈਲਰੀ ਦੇਖੀ ਉੱਥੇ ਦੀ ਵਿਥਿਆ ਉਹ ਕਹਾਣੀ ਉਹ ਪੀੜ ਦਰਦ ਭਰੀ ਸਾਰੀ ਦਾਸਤਾਨ ਸੁਣੀ 15 ਮਿੰਟ ਦਾ ਸਮਾਂ ਗੁਜ਼ਾਰਿਆ ਤੇ ਉਸ 15 ਮਿੰਟ ਦੇ ਸਮੇਂ ਦੇ ਦੌਰਾਨ ਐਲੀਜ਼ਾਬੈਥ ਨੇ 2 ਮਿੰਟ ਦਾ ਮੌਨ ਵੀ ਰੱਖਿਆ ਜਿੱਤੋਂ ਬਾਤਾਂ ਬਿਲਕੁਲ ਲੱਗਿਆ ਕਿ ਲੈ ਵੀ ਉਹ ਉਸ ਨੂੰ ਆਪਣੇ ਸਰਕਾਰ ਦੇ ਆਪਣੀ ਉਹ ਈਸਟ ਇੰਡੀਆ ਕੰਪਨੀ ਦੇ ਆਪਣੇ ਪੁਰਖਿਆਂ ਦੇ ਗੁਨਾਹ ਆਜਾਦ ਆ ਗਏ ਸੋ ਉਸ ਨੇ ਮੌਨ ਵੀ ਰੱਖਿਆ ਸੋ ਹੁਣ ਉਹਨਾਂ ਭਾਵ ਨੂੰ ਪ੍ਰਗਟਾਉਣ ਦੇ ਲਈ ਇੱਕ ਬੂਹੇ ਦੇ ਉੱਤੇ ਇੱਕ ਦਰਵਾਜ਼ੇ ਦੇ ਉੱਤੇ ਮਹਿਮਾਨਾਂ ਦੇ ਲਈ ਇੱਕ ਰਜਿਸਟਰ ਰੱਖਿਆ ਹੁੰਦਾ ਜਿਹਨੂੰ ਵਿਜ਼ਟਰ ਬੁੱਕ ਕਹਿੰਦੇ ਆ ਸ਼ਾਇਦ ਹੈ ਨਾ ਅੰਗਰੇਜ਼ੀ ਵਿੱਚ ਸੋ ਰੱਖਿਆ ਹੁੰਦਾ ਤੇ ਉਹਦੇ ਪਰ ਆਪਣੇ ਮਨ ਦੇ ਭਾਵ ਪ੍ਰਗਟਾਉਣੇ ਹੁੰਦੇ ਆ ਤੇ ਮਹਾਰਾਣੀ ਐਲੀਜ਼ਾਬੈਥ 14 ਅਕਤੂਬਰ 1997 ਨੂੰ ਜਲੇ ਆਲੇ ਬਾਗ ਦੇ ਵਿੱਚੋਂ ਨਿਕਲਣ ਲੱਗੇ ਉਸ ਵਿਜ਼ਟਰ ਬੁੱਕ ਤੇ ਸਿਰਫ ਆਪਣੇ ਦਸਤਖਤ ਕਰਦੀ ਆ ਕੋਈ ਸ਼ਬਦ ਨਹੀਂ ਬੜੀ ਹੈਰਾਨਗੀ ਦੀ ਗੱਲ ਵੀ ਆ ਤੇ ਪਿੱਛੇ ਦਾ ਇੱਕ ਗੱਲ ਵੀ ਇਹਦਾ ਮਤਲਬ ਉਹ ਮੋਨ ਰੱਖਣਾ 15 ਮਿੰਟ ਉਹ ਦਾਸ ਦਾ ਸੁਣਨਾ ਅਚਾਨਕ ਗੱਡੀਆਂ ਦਾ ਕਾਫਲਾ ਕਿ ਜਲਿਆਂ ਵਾਲੇ ਬਾਗ ਰੁਕਣਾ ਉਹ ਸਾਰਾ ਕੁਝ ਦੇਖ ਕੇ ਮਨ ਦੇ ਭਾਵ ਆਈ ਨਹੀਂ ਕੋਈ ਤੇ ਇਹਦਾ ਮਤਲਬ ਸਾਰਾ ਕੁਝ ਫੇਰੀ ਉਹ ਮੋਨ ਸਭ ਡਰਾਮਾ ਸੀ ਨਾਟਕ ਸੀ ਤੇ ਤੁਸੀਂ ਉੱਥੇ ਕੁਝ ਲਿਖਿਆ ਹੀ ਨਹੀਂ ਚਲੋ ਉਥੋਂ ਨਿਕਲਿਆ ਕਾਫਲਾ ਦਰਬਾਰ ਸਾਹਿਬ ਪਹੁੰਚ ਗਏ ਹੁਣ ਦਰਬਾਰ ਸਾਹਿਬ ਬਾਹਰ ਜੀ ਸਵਾਗਤ ਕਰਨ ਲਈ ਖੜੇ ਕੌਣ ਨੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚੰਦ ਸਿੰਘ ਟੋੜਾ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦੇ ਉਸ ਸਮੇਂ ਦੇ ਸਕੱਤਰ ਮਨਜੀਤ ਸਿੰਘ ਕਲਕੱਤਾ ਜੀ ਆਇਆਂ ਆਖਿਆ ਸਵਾਗਤ ਕੀਤਾ ਬਾਦਲ ਸਾਹਿਬ ਨੇ ਹਾਂ ਜੀ ਅੰਦਰ ਲੈ ਗਏ ਸੂਚਨਾ ਕੇਂਦਰ ਦੇ ਵਿੱਚ ਜਾ ਕੇ ਜੀ ਕਹਿੰਦੇ ਦਰਬਾਰ ਸਾਹਿਬ ਦਾ ਮਾਡਲ ਭੇਟ ਕੀਤਾ ਹੋਇਆ ਭੇਟ ਕਰਕੇ ਸਨਮਾਨਤ ਕੀਤਾ ਪਰ ਜਨਾਬ ਜਿੰਨਕ ਮੈਂ ਸੋਝੀ ਰੱਖਦਾ ਜਾਂ ਜਿੰਨੀ ਕੋ ਸਾਡੇ ਪਾਠਕਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਜੋੜਾ ਘਰ ਤੋਂ ਬਾਅਦ ਦਰਸ਼ਨੀ ਡਿਊੜੀ ਤੱਕ ਪਹੁੰਚ ਗਏ ਤੇ ਦਰਸ਼ਨੀ ਡਿਊੜੀ ਦੇ ਬਾਹਰ ਤੋਂ ਫਿਰ ਵੀ ਆਈਪੀ ਪਣਾ ਫਿਰ ਰਤਵੇ ਫਿਰ ਅਹੁਦੇ ਹੈ ਫਿਰ ਆਪਣੀ ਪਹੁੰਚ ਧੋਂਸ ਸਾਰਾ ਕੁਝ ਬਾਹਰ ਛੱਡ ਕੇ ਜਾਣਾ ਪੈਂਦਾ ਇਸੇ ਲਈ ਹੱਥ ਧੋਣੇ ਤੇ ਪੈਰ ਧੋਣੇ ਪੈਂਦੇ ਨੇ ਕਿ ਅਸੀਂ ਭਾਈ ਹੁਣ ਇੱਕ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਣ ਲੱਗਿਆ ਪਰ ਜਨਾਬ ਇੱਥੇ ਤਾਂ ਸਾਰਾ ਕੁਝ ਬਦਲ ਗਿਆ ਕਿਨੇ ਪੁਆਤੀਆਂ ਬੀਬੀ ਜੀ ਨੂੰ ਚੱਟੀਆਂ ਜਰਾਬਾਂ ਇੱਕ ਮਰਿਆਦਾ ਗੁਰੂ ਘਰ ਦੀ ਮਰਿਆਦਾ ਹੈ ਉਸ ਮਰਿਆਦਾ ਦੇ ਅਨੁਸਾਰ ਨੰਗੇ ਪੈਰ ਜਾਣਾ ਬਾਹਰ ਪੈਰ ਧੋ ਕੇ ਅੰਦਰ ਜਾਣਾ ਤੇ ਬੀਬੀ ਜੀ ਜਰਾਬਾਂ ਹੀ ਚੱਟੀਆਂ ਪਾ ਲਈਆਂ ਫਿਰ ਪੈਰ ਵੀ ਕਿੱਥੋਂ ਧੋਣੇ ਸੀ ਪਰ ਸਵਾਲ ਤਾਂ ਇਹ ਕਿ ਜਰਾਬਾਂ ਪੁਆਈਆਂ ਕਿਨੇ ਸਤਜਗਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵਿਸ਼ੇਸ਼ ਦਰਜਾ ਕਿਹਨੇ ਦਿੱਤਾ ਮਹਾਰਾਣੀ ਅਲੀਜ਼ਾਬੈਥ ਨੂੰ ਵਿਸ਼ੇਸ਼ ਮਹਿਮਾਨ ਦਾ ਦਰਜਾ ਕਿਵੇਂ ਮਿਲਿਆ ਜਦੋਂ ਕਿ ਉਹ ਥੇਰੇਕ ਨੇ ਸ਼ਰਦਾਲੂ ਬਣ ਕੇ ਆਉਣਾ ਹੁੰਦਾ ਕੀ ਜਤਸਿਲ ਗੁਰਚਨ ਸਿੰਘ ਟੋੜਾ ਕੀ ਮਨਜੀਤ ਸਿੰਘ ਕਲਕੱਤਾ ਉਸ ਸਮੇਂ ਗੁਰੂ ਘਰ ਦੀ ਮਰਿਆਦਾ ਭੁੱਲ ਗਏ ਸੀ ਜਾਂ ਉਹਨਾਂ ਨੇ ਅੱਖਾਂ ਮੀਟ ਲਈਆਂ ਸੀ ਜਾਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਬਾਦਲ ਸਾਹਿਬ ਨੇ ਸਰਕਾਰੀ ਪੱਟੀ ਬੰਨ੍ਹ ਦਿੱਤੀ ਸੀ ਕਿਉਂ ਹੋਇਆ ਏ ਕੀ ਪ੍ਰਕਾਸ਼ ਸਿੰਘ ਬਾਦਲ ਦਾ ਉਸ ਸਮੇਂ ਦਬਦਬਾ ਚੱਲਿਆ ਉਹ ਚਾਹੁੰਦੇ ਸੀ ਕਿ ਮਹਾਰਾਣੀ ਇਸ ਤਰ੍ਹਾਂ ਵੀ ਆ ਜਾਵੇ ਵੀਆਈਪੀ ਬਣ ਕੇ ਕੋਈ ਮਸਲਾ ਨਹੀਂ ਕਿ ਉਸ ਨੂੰ ਮਰਿਆਦਾ ਦੱਸੀ ਨਹੀਂ ਗਈ ਮਰਿਆਦਾ ਸਮਝਾਈ ਨਹੀਂ ਗਈ ਜਾਂ ਉਸਨੇ ਮੰਨਣ ਤੋਂ ਇਨਕਾਰ ਕੀਤਾ ਠੀਕ ਹੈ ਨੰਗੇ ਸਿਰ ਜਾਣ ਦੀ ਬਜਾਏ ਬੀਬੀ ਨੇ ਹੈਟ ਲਿਆ ਕਿ ਠੀਕ ਹੈ ਜੀ ਮੈਂ ਹੈਟ ਲੈ ਲੈਣੀ ਆ ਸਿਰ ਟੱਕ ਲੈਣੀ ਆ ਜਦੋਂ ਕਿ ਕਿਹਾ ਜਾਂਦਾ ਕਿ ਟੋਪੀ ਵੀ ਮਨਜ਼ੂਰ ਨਹੀਂ ਹੁੰਦੀ ਚਲੋ ਫਿਰ ਵੀ ਉਹਨੇ ਸਿਰ ਟੱਕਿਆ ਧੰਨਵਾਦ ਪਰ ਨੰਗੇ ਪੈਰ ਜਾਣ ਚ ਕੀ ਦਿੱਕਤ ਸੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਬੰਦਕ ਕਮੇਟੀ ਦੀ ਜਿਹੜੀ ਮੀਡੀਆ ਦੀ ਕਾਰਗੁਜ਼ਾਰੀ ਆ ਉਸ ਨੂੰ ਦੇਖਦੇ ਸੀ ਜਿਹੜੇ ਮੀਡੀਆ ਇੰਚਾਰਜ ਕਹਿ ਲੀਏ ਆਪਾਂ ਜਿਹੜੇ ਉਹ ਸੀਗੇ ਜਿਹੜੇ ਬਾਅਦ ਚ 77 ਵੀ ਬਣੇ ਦਲਜੀਤ ਸਿੰਘ 베ਦੀਖਰੀ ਤੇ 베ਦੀ ਸਾਹਿਬ ਕਹਿੰਦੇ ਕਿ ਇਹ ਧਿਆਨ ਚ ਲਿਆ ਦਿੱਤਾ ਗਿਆ ਸੀ ਉਹਨਾਂ ਦੇ ਘਰ ਵਾਲੇ ਦੇ ਵੀ ਉਹਨਾਂ ਦੇ ਸੁਰੱਖਿਆ ਟੀਮਾਂ ਦੇ ਵੀ ਉਹਨਾਂ ਦੇ ਇੰਚਾਰਜ ਦੇ ਵੀ ਉਹਨਾਂ ਸਾਰੇ ਜਿਹੜਾ ਆਮਲਾ ਫਲ ਅਫਸਰ ਅਧਿਕਾਰੀ ਨਾਲ ਸੀ ਉਹਨਾਂ ਨੂੰ ਇਹ ਮਰਿਆਦਾ ਸਮਝਾਤੀ ਉਹ ਕਹਿੰਦੇ ਨਾ ਨੰਗੇ ਪੈਰੀ ਨਹੀਂ ਜਾਊਗੀ ਮਹਾਰਾਣੀ ਤੇ ਕਹਿੰਦੇ ਜੀ ਜਰਾਬਾਂ ਪਾ ਕੇ ਜਾਓ ਫਿਰ ਕਹਿੰਦੇ ਚਲੋ ਐਂ ਕਰੋ ਫਾਰਮੂਲੇ ਕਢ ਲੈਣੇ ਨਵੀਆਂ ਜਰਾਬਾਂ ਪਵਾ ਦਿੰਨੇ ਆ ਕਮਾਲ ਆ ਜਨਾਬ ਤੇ ਇਹ ਨਵੀਆਂ ਜਰਾਬਾਂ ਕਿਹਦੇ ਕਹੇ ਤੇ ਪਈਆਂ ਕਿਹਦੇ ਕਹੇ ਤੇ ਮਰਿਆਦਾ ਪੰਗ ਹੋਈ ਸੋ ਇਹ ਸਵਾਲ ਅੱਜ ਤੱਕ ਖੜਾ ਟੋੜਾ ਸਾਬ ਤਾਂ ਨਹੀਂ ਹੈਗੇ ਹੁਣ ਐ ਹੁਣ ਕਲਕੱਤਾ ਸਾਬ ਵੀ ਨਹੀਂ ਹੈਗੇ ਬੇਦੀ ਸਾਬ ਨੇ ਆਪਣਾ ਪੱਖ ਰੱਖਿਆ ਵੀ ਐ ਪਰ ਕਿਉਂ ਜਨਾਬ ਪ੍ਰਕਾਸ਼ ਸਿੰਘ ਬਾਦਲ ਜਿਆਦਾ ਦੱਸ ਸਕਦੇ ਆ ਬਾਦਲ ਸਾਬ ਦੋ ਜਵਾਬ ਕਿ ਗੁਰੂ ਘਰ ਦੀ ਮਰਿਆਦਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਲ ਹੀ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਵੇਂ ਪੁਲਿਸ ਤੰਤਰ ਲਾਇਆ ਸੀ ਬਾਹਰ ਸ਼ਰਧਾਲੂ ਨੂੰ ਰੋਕਿਆ ਗਿਆ ਸੀ ਤੱਕੇ ਨਾਲ ਹੈ ਕਿ ਬਾਅਦ ਚੋ ਪਾਈ ਅੰਦਰ ਜਾਇਓ ਪਹਿਲਾ ਮੁੱਖ ਮੰਤਰੀ ਸਾਹਿਬ ਨੇ ਸਣੇ ਟੱਬਰ ਮੱਥਾ ਟੇਕਣਾ ਉਸ ਦਿਨ ਬਿਵਾਦ ਹੋਇਆ ਸਵਾਲ ਹੋਏ ਏਸੇ ਸਤਜੰਤ ਦਰਬਾਰ ਸਾਹਿਬ ਦੇ ਅੰਦਰ ਹੈ ਬੇਸ਼ੱਕ ਨੰਗੇ ਪੈਰੀ ਆਉਂਦੇ ਸੀ ਬੇਸ਼ੱਕ ਸਿਰ ਢੱਕ ਕੇ ਆਉਂਦੇ ਸੀ ਪਰ ਜਿਵੇਂ ਅਵਾਨੀਆਂ ਨੂੰ ਮਤਲਬ ਕਿ ਅਡਵਾਨੀ ਨੂੰ ਜਿਵੇਂ ਵੀਆਈਪੀ ਟ੍ਰੀਟਮੈਂਟ ਮਿਲਦੀ ਰਹੀ ਸਮਨੇ ਚਰਚਾ ਵਿੱਚ ਜਿਵੇਂ ਬਾਦਲ ਪਰਿਵਾਰ ਨੂੰ ਵੀ ਆਈਪੀ ਟ੍ਰੀਟਮੈਂਟ ਮਿਲਦੀ ਰਹਿੰਦੀ ਆ ਸਭ ਦੇ ਵਿੱਚ ਚਰਚਾ ਪਰ ਆ ਤਾਂ ਹੱਦੇ ਮਕਾ ਦਿੱਤੀ ਜਨਾਬ ਕਿ ਤੁਸੀਂ ਗੁਰੂ ਘਰ ਦੀ ਮਰਿਆਦਾ ਵੀ ਛਿੱਕੇ ਟੰਗਦੇ ਹੋ ਤੇ ਉਸ ਨੂੰ ਚਟੀਆਂ ਜਰਾਬਾਂ ਪਾ ਲੋ ਜੀ ਨਵੀਂ ਜਰਾਬਾਂ ਕੋਈ ਗੱਲ ਨਹੀਂ ਜੀ ਤੁਸੀਂ ਵਿਸ਼ੇਸ਼ ਮਹਿਮਾਨ ਹੋ ਤੇ ਇਸ ਟੰਗ ਨਾਲ ਗੁਰੂ ਘਰ ਦੀ ਮਰਿਆਦਾ ਕਿਹਨੇ ਭੰਗ ਕੀਤੀ ਕਿਹਦੇ ਕਹਿ ਤੇ ਭੰਗ ਹੋਈ ਇਹ ਸਵਾਲ ਇੱਕ ਵਾਰ ਫੇਰ ਅਲਿਜ਼ਾਬੈਥ ਦੇ ਜਾਣ ਨਾਲ ਸ਼ੁਰੂ ਹੋਇਆ ਹਾਂ ਸੱਚਖੰਡ ਦਰਬਾਰ ਸਾਹਿਬ ਬੀਬੀ ਆਈ ਮੱਥਾ ਟੇਕਿਆ ਪ੍ਰਕਰਮਾ ਚ ਗਈ ਰੈੱਡ ਕਾਰਪਟ ਵਿਸ਼ਿਆ ਸੀ ਸੂਚਨਾ ਕੇਂਦਰ ਦੇ ਅੰਦਰ ਉਹਨੂੰ ਸਨਮਾਨਿਤ ਕੀਤਾ ਉਹ ਵੀ ਵਿਸ਼ੇਸ਼ ਮੜਿਆ ਇੱਕ ਗੁਲਦਸਤਾ ਲੈ ਕੇ ਆਈ ਸੀ ਉਹ ਵੀ ਉਹਨੇ ਭੇਂਟ ਕੀਤਾ ਉਹ ਸਾਂਭਿਆ ਪਿਆ ਪਰ ਜਨਾਬ ਉੱਥੇ ਵੀ ਵਿਜ਼ਟਰ ਬੁੱਕ ਪਈ ਸੀ ਉੱਥੇ ਵੀ ਮਹਿਮਾਨਾਂ ਦੇ ਆਏ ਲਈ ਇੱਕ ਕਿਤਾਬ ਰਜਿਸਟਰ ਪਿਆ ਸੀ ਤੇ ਬੀਬੀ ਜੀ ਨੇ ਉੱਥੇ ਵੀ ਕੁਝ ਨਹੀਂ ਲਿਖਿਆ ਕਮਾਲਾ ਜਨਾਬ ਰੋਹਾਨੀਅਤ ਦੇ ਘਰ ਆਉ ਤੁਸੀਂ ਸਕੂਨ ਦੇ ਘਰ ਆਉ ਸ਼ਬਦਾਂ ਦੇ ਕੋਲ ਆਉ ਸ਼ਬਦ ਗੁਰੂ ਤੋਂ ਜਿੱਥੋਂ ਸ਼ਾਂਤੀ ਮਿਲਦੀ ਆ ਸਕੂਨ ਮਿਲਦਾ ਹੈ ਜੀਵਨ ਜਾਂਚ ਮਿਲਦੀ ਆ ਉੱਥੇ ਆਉ ਤੇ ਮਨ ਕੋਈ ਭਾਵੇਂ ਨਾ ਆਵੇ ਇਹ ਕਿਵੇਂ ਹੋ ਸਕਦਾ ਵਿਅਕਤੀ ਮਾਨਵ ਤੁਸੀਂ ਅਸੀਂ ਆਪਣੇ ਗਲੀ ਵਾਲੇ ਆਪਣੇ ਮਹੱਲੇ ਵਾਲੇ ਆਪਣੇ ਪਿੰਡ ਵਾਲੇ ਆਪਣੇ ਸ਼ਹਿਰ ਵਾਲੇ ਆਪਣੇ ਬਾੜ ਵਾਲੇ ਆਪਣੇ ਇਲਾਕੇ ਵਾਲੇ ਗੁਰੂ ਘਰ ਜਾਈਏ ਮੰਦਿਰ ਜਾਈਏ ਮਸਜਿਦ ਜਾਈਏ ਧਾਰਮਿਕ ਥਾਂ ਤੇ ਜਾਈਏ ਤਾਂ ਬੰਦੇ ਦੇ ਅੰਦਰ ਦੇ ਗੁਨਾਹ ਆਪਣੇ ਆਪ ਬਾਹਰ ਆਉਂਦੇ ਨੇ ਬੰਦਾ ਆਪਣੇ ਆਪ ਉੱਥੇ ਖੜ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦਾ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਆਪਣੀ ਆਤਮਾ ਨੂੰ ਸ਼ਾਂਤ ਕਰਨ ਦੀ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਭਾਵ ਰੱਖਦਾ ਤੇ ਬੀਬੀ ਸੱਚਕੰਡ ਦਰਬਾਰ ਸਾਹਿਬ ਆਵੇ ਜਿਹਦੇ ਚੌਹ ਦਰਵਾਜੇ ਖੁੱਲੇ ਨੇ ਸਭਨਾਂ ਲਈ ਤੇ ਉਸ ਥਾਂ ਤੇ ਆ ਕੇ ਵੀ ਉਹਦੀ ਮਨ ਚ ਕੋਈ ਭਾਵ ਹੀ ਨਹੀਂ ਆਇਆ ਕੋਈ ਚੇਤਨਾ ਹੀ ਨਹੀਂ ਆਈ ਕੋਈ ਸਕੂਨ ਹੀ ਨਹੀਂ ਮਿਲਿਆ ਕਿ ਬੀਬੀ ਇੱਕ ਅੱਖਰ ਵੀ ਨਹੀਂ ਲਿਖ ਸਕੀ ਫਿਰ ਸਵਾਲ ਹੈ ਜਨਾਬ ਕਿ ਤੁਸੀਂ ਯਾਤਰਾ ਤੇ ਆਏ ਸੀ ਕਿ ਗੇੜੀ ਤੇ ਆਏ ਸੀ ਸੋ ਇਸ ਲਈ ਇਹ ਕਿੰਨੇ ਸਵਾਲ ਪਿੱਛੇ ਛੱਡ ਗਈ ਉਹਦੀ 1997 ਦੀ ਯਾਤਰਾ ਤੇ ਅੰਤਮ ਯਾਤਰਾ ਨੇ ਉਸ ਸਾਰੀ ਕਹਾਣੀ ਨੂੰ ਫਿਰ ਤੋਂ ਸਾਹਮਣੇ ਲਿਆ ਖੜਾ ਕੀਤਾ ਚਲੋ ਇਹ ਰਹਿੰਦੀ ਦੁਨੀਆ ਤੱਕ ਚਰਚਾ ਵੀ ਰਹਿਣੀ ਆ ਔਰ ਸਵਾਲ ਵੀ ਬਣੇ ਰਹਿਣੇ ਆ ਉਸ ਸਮੇਂ ਦੀਆਂ ਪ੍ਰਬੰਧਕੀ ਟੀਮਾਂ ਮੂਰੇ ਵੀ ਉਸ ਸਮੇਂ ਦੀ ਸਰਕਾਰ ਮੂਰੇ ਵੀ ਚਲੋ ਮੜਿਆਈਆ ਪੰਜਾਬ ਮੱਤੇਵੜਾ ਜੰਗਲ ਬੱਟੀ ਲੜਾਈ ਪੰਜਾਬ ਨੇ ਲੜੀ ਵੀ ਤੇ ਜਿੱਤੀ ਵੀ ਮੱਤੇਵੜਾ ਜੰਗਲ ਦੇ ਵਿੱਚ ਲੱਗਣ ਜਾ ਰਿਹਾ ਸੀ ਟੈਕਸਾਈਟ ਪਾਰਕ ਤੇ ਉਹ ਟੈਕਸਾਈਟ ਪਾਰਕ ਲੱਗਣ ਜਾ ਰਿਹਾ ਸੀ ਕੇਂਦਰ ਦੀ ਯੋਜਨਾ ਦੇ ਅਧੀਨ ਤੇ ਉਸ ਦੇ ਤਹਿਤ ਕੈਪਟਨ ਰਮਿੰਦਰ ਸਿੰਘ ਪੂਰਾ ਕਹਿੰਦੇ ਝੋਲੀ ਚੁਕਸੀ ਮੋਦੀ ਜੀ ਦੇ ਮਿਹਰਬਾਨ ਸੀ ਉਹਨਾਂ ਦੇ ਉੱਤੇ ਜਾਂ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਕਾਂਗਰਸ ਵੱਲੋਂ ਨੇ ਪਰ ਸੇਵਾ ਨਿਵਾਰੇ ਨੇ ਮੋਦੀ ਜੀ ਲਈ ਤੇ ਕਹਿੰਦੇ ਇਸ ਲਈ ਉਹਨਾਂ ਨੇ ਹੰਮੀ ਭਰੀ ਜੰਗਲ ਉਜੜਦਾ ਉਜੜੇ ਪੰਜਾਬ ਦੇ ਪੰਛੀਆਂ ਦੇ ਆਲ ਨੇ ਉਜੜਦੇ ਨੇ ਉਜੜਨ ਪੰਜਾਬ ਦਾ ਦਰਿਆ ਗੰਦਲਾ ਹੁੰਦਾ ਹੋਵੇ ਇੱਕ ਹੋਰ ਨਵਾਂ ਬੁੱਢਾ ਨਾਲਾ ਪੈਦਾ ਹੁੰਦਾ ਹੋਵੇ ਪਰ ਜਨਾਬ ਮੋਦੀ ਜੀ ਨਾਰਾਜ਼ ਨਹੀਂ ਹੋਣੇ ਚਾਹੀਦੇ ਟੈਕਸਾਈਡ ਪਾਰਕ ਲੱਗਣਾ ਚਾਹੀਦਾ ਇੰਡਸਟਰੀ ਆਉਣੀ ਚਾਹੀਦੀ ਤੇ ਉਹ ਠੀਕ ਹੈ ਇੰਡਸਟਰੀ ਆਉਣੀ ਚਾਹੀਦੀ ਆ ਪਰ ਇਹ ਯੁੱਗ ਹੈ ਜਦੋਂ ਟੈਕਨੋਲੋਜੀ ਦਾ ਯੁੱਗ ਹੈ ਜਦੋਂ ਈ ਕੰਪਨੀਆਂ ਆ ਰਹੀਆਂ ਜਦੋਂ ਸਟਾਰਟਅਪ ਵਰਗੇ ਉਹ ਸਿਸਟਮ ਜੇ ਨਵੇਂ ਚੱਲੇ ਨੇ ਜਵਾਖ ਖੜੇ ਕਰਦੇ ਨੇ ਨਵੀਆਂ ਕੰਪਨੀਆਂ ਜਿਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਤੇ ਜਨਾਬ ਤੇ ਤੁਸੀਂ ਲਿਆਓ ਜੀ ਡਾਈ ਇੰਡਸਟਰੀ ਲਿਆਓ ਜੀ ਰੰਗ ਵਾਲੀ ਇੰਡਸਟਰੀ ਲਿਆਓ ਜੀ ਕੈਮੀਕਲ ਇੰਡਸਟਰੀ ਭਾਈ ਦੇਸ਼ ਭਰ ਚ ਡਾਈ ਇੰਡਸਟਰੀ ਬੰਦਾ ਪੰਜਾਬ ਚ ਕਿਉਂ ਪਰ ਕਹਿੰਦੇ ਉਹ ਪ੍ਰੋਜੈਕਟ ਤਾਂ ਜੀ 100% ਗ੍ਰੀਨ ਆ ਚਲੋ ਪਰ ਜੀ ਕੈਪਟਨ ਦੇ ਉਹ ਕਾਰੇ ਚੱਲੇ ਰਹੇ ਸੀ ਕਿ ਰੋਸ ਮਜਾਰੇ ਵੀ ਹੋਏ ਰੋਸਾ ਵੀ ਹੋਇਆ ਚੰਨੀ ਜੀ ਵੀ ਆ ਗਈ ਚੌਣ ਵੀ ਆ ਗਈ ਤੇ ਉਹ ਮਾਮਲਾ ਠੰਡਾ ਪੈਣ ਲੱਗਿਆ ਸੀ ਕਿ ਭਗਵੰਤਵਾਨ ਜੀ ਨੇ ਝੋਲਾ ਚੱਕ ਲਿਆ ਮੋਦੀ ਜੀ ਵਾਲਾ ਤੇ ਜੀ ਪੰਜਾਬ ਦੀ ਵਿਧਾਨ ਸਭਾ 'ਚ ਖੜਕੇ ਕਹਿੰਦੇ ਅਸੀਂ 1000 ਏਕੜ ਜ਼ਮੀਨ ਐਕਵਾਇਰ ਵੀ ਕਰ ਲਈ ਮੱਤੇ ਬਾੜਾ ਚ ਲਾਓ ਜੀ ਪ੍ਰੋਜੈਕਟ ਲੱਗੂਗਾ ਤੰਸਤਾਵਾਂ ਖੜੀਆਂ ਹੋਈਆਂ ਸੰਗਠਨ ਖੜੇ ਹੋਏ ਰੋਸਾ ਹੋਰ ਵੱਧ ਜਾ ਗਿਆ ਜਿਹੜਾ ਕੈਪਟਨ ਦੇ ਟਾਈਮ ਸੀਗਾ ਚੰਨੀ ਦੇ ਟਾਈਮ ਸੀ ਰੋਸਾ ਦੁੱਗਣਾ ਵੱਧ ਗਿਆ ਕਿ ਭਾਈ ਤੁਸੀਂ ਤਾਂ ਇਹਨਾਂ ਦੇ ਲਈ ਹਰੇ ਨਾਰੇ ਮਾਰਦੇ ਰਹੇ ਹੋ ਤੁਸੀਂ ਤਾਂ ਪਿੰਡਾਂ 'ਚ ਧਰਨੇ ਲਾਉਂਦੇ ਰਹੇ ਹੋ ਤੁਹਾਡੇ ਟਾਈਮ 'ਚ ਕੰਮ ਹੋ ਜਵੇ ਤੁਸੀਂ ਤਾਂ ਬਦਲਾਅ ਲਈ ਸੀ ਤੁਸੀਂ ਕਿਵੇਂ ਬਦਲ ਗਏ ਚਲੋ ਜੀ ਮੁਲਾਕਾਤਾਂ ਦੇ ਦੌਰ ਚੱਲੇ ਮੀਟਿੰਗਾਂ ਦੇ ਦੌਰ ਚੱਲੇ ਸੁਨੇਹੇ ਲੱਗੇ ਰੋਸ਼ਮੁਜਾਰਾ ਹੋ ਗਿਆ ਦਿਨ ਤੈ ਹੋ ਗਿਆ ਤੇ ਆਖਰ ਭਗਵੰਤ ਮਾਨ ਜੀ ਨੇ ਫੈਸਲਾ ਵਾਪਸ ਲੈ ਲਿਆ ਲੋਕਾਂ ਨੇ ਸ਼ਾਬਾਸ਼ੀ ਵੀ ਦਿੱਤੀ ਲੋਕਾਂ ਨੇ ਤ੍ਰਿਪਤੀ ਕੀਤੀ ਕਿ ਸਹੀ ਸਮੇਂ ਤੇ ਸਹੀ ਪੈਂਸਲਾ ਲੈ ਰਿਹਾ ਚਲੋ ਜੀ ਰਤ ਕਰ ਹੁਣ ਉਹ ਮੱਤੇ ਵਾਲਾ ਚ ਲੱਗਣ ਵਾਲਾ ਟੈਕਸਾਈਲ پارک ਹੁਣ ਫਤੇਗੜ ਸਾਹਿਬ ਦੀ ਧਰਤੀ ਤੇ ਲੱਗਣ ਜਾ ਰਿਹਾ ਖੁਦ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਉਹ ਤਾਂ ਕਹਿੰਦੇ ਕਿ ਮੈਂ 15 ਉਜੋਗਿਕ پارک ਲਿਆਉਣ ਦੀ ਤਿਆਰੀ ਚ ਸੋ ਵੱਡਾ ਨਿਵੇਸ਼ ਪੰਜਾਬ ਚ ਚਾਹਨਾ ਅੱਜ ਕੱਲ੍ਹ ਵਿਦੇਸ਼ ਵੀ ਗਏ ਨੇ ਕਿ ਉੱਥੋਂ ਵੀ ਕੰਪਨੀਆਂ ਲਿਆਉਣੀਆਂ ਬਿਲਕੁਲ ਆਉਣਾ ਚਾਹੀਦਾ ਇਸ ਸਦੀ ਦੇ ਹਾਨ ਦਾ ਟੈਕਨੋਲੋਜੀ ਵਾਲੀ ਇੰਡਸਟਰੀ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇ ਪੰਜਾਬ ਵਾਲੇ ਬੱਚੇ ਵੀ ਉਸ ਪਾਸੇ ਨੂੰ ਵਧਣ ਹੈ ਪਰ ਜਿਹੜਾ ਧਰਤੀ ਨੂੰ ਜੈਰੀ ਕਰੇ ਜਿਹੜਾ ਨਸਲਾਂ ਨੂੰ ਜੈਰੀ ਕਰੇ ਜਿਹੜਾ ਫਸਲਾਂ ਨੂੰ ਜੈਰੀ ਕਰੇ ਜਿਹੜਾ ਪਾਣੀ ਨੂੰ ਜੈਰੀ ਕਰੇ ਜਿਹੜਾ ਜੀਵਨ ਨੂੰ ਜੈਰੀ ਕਰੇ ਜਿਹੜਾ ਹਵਾ ਨੂੰ ਜੈਰੀ ਕਰੇ ਅਜਿਹੀ ਇੰਡਸਟਰੀ ਪੰਜਾਬ ਨੂੰ ਨਹੀਂ ਚਾਹੀਦੀ ਔਰ ਉਹ ਵੀ ਖੇਤ ਕਤਲ ਕਰਕੇ ਹੁਣ ਇੱਥੇ ਜਦੋਂ ਫਤਿਹਗੜ੍ਹ ਸਾਹਿਬ ਇਹ ਪਾਰਕ ਲਿਆਉਣ ਦੀ ਗੱਲ ਤੁਰੀ ਤਦ ਵੀ ਸੱਤਾ ਨੇ ਸਰਕਾਰਾਂ ਨੇ ਕੰਪਨੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਹਮੀਆਂ ਭਰੀਆਂ ਕਿ 100% ਇਹ ਗ੍ਰੀਨ ਪ੍ਰੋਜੈਕਟ ਹੈ ਜੀ ਕੋਈ ਪੋਲੂਸ਼ਨ ਨਹੀਂ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਮੇਰੀ ਮਾਇਰਾ ਨਾਲ ਗੱਲ ਹੋਈ ਮਾਰ ਕਹਿੰਦੇ ਜਨਾਬ ਕਾਦੀ ਕਾਦੀ ਇੰਡਸਟਰੀ ਆ ਰਹੀ ਹੈ ਮੈਂ ਕਿਹਾ ਜੀ ਟੈਕਸਟਾਈਲ ਇੰਡਸਟਰੀ ਆ ਰਹੀ ਹੈ ਕਹਿੰਦੇ ਜੀ ਉਹਦਾ ਮਤਲਬ ਕੀ ਹੁੰਦਾ ਮੈਂ ਕਿਹਾ ਜੀ ਕੱਪੜੇ ਨਾਲ ਸੰਬੰਧਿਤ ਕਹਿੰਦੇ ਜੀ ਕੱਪੜੇ ਨਾਲ ਸੰਬੰਧਿਤ ਮਤਲਬ ਕਿ ਹੁਣ ਉੱਥੇ ਇਕੱਲੇ ਬਟਨ ਬਣਨਗੇ ਕੱਲੀਆਂ ਜੀਪਾਂ ਬਣਨਗੀਆਂ ਕੀ ਬਣੂਗਾ ਜਾਂ ਇਕੱਲੇ ਦਰਜੀ ਬਿਠਾਉਣੇ ਕੱਪੜੇ ਸਿਇਆ ਕਰਨਗੇ ਮੈਂ ਕਿਹਾ ਜੀ ਤੁਸੀਂ ਦੱਸੋ ਕਹਿੰਦੇ ਜਦੋਂ ਟੈਕਸਟਾਈਲ ਪਾਰਕ ਬਣੂਗਾ ਤਾਂ ਉੱਥੇ ਕੱਪੜੇ ਦੇ ਥਾਨ ਵੀ ਤਿਆਰ ਹੋਣਗੇ ਤੇ ਥਾਨ ਤਿਆਰ ਹੋਣਗੇ ਤਾਂ ਉਹਦੇ ਲਈ ਉੱਥੇ ਕਪਾਹ ਵੀ ਆਊਗੀ ਸੂਤ ਵੀ ਆਊਗਾ ਹੈ ਰੌ ਮਟੀਰੀਅਲ ਵੀ ਆਊਗਾ ਤੇ ਉਹ ਕਹਿੰਦੇ ਜੀ ਕਪਾਹ ਸੂਤ ਤਾਂ ਚਿੱਟਾ ਹੁੰਦਾ ਜਨਾਬ ਤੇ ਫਿਰ ਉਹਨੂੰ ਕੱਪੜੇ ਦਾ ਰੂਪ ਦੇਣ ਦੇ ਲਈ ਉਹਨੂੰ ਬੁਣਨ ਦੇ ਲਈ ਬਣਾਈ ਦੇ ਲਈ ਪੱਖਾ ਕੇ ਰੰਗ ਦੇਣ ਦੇ ਲਈ ਰੰਗਣਾ ਪਊਗਾ ਚਾਹੇ ਤੋ ਫਿਰ ਸੂਟ ਬਣਾਓ ਚਾਹੇ ਸਾਲੀਆਂ ਬਣਾਓ ਹਾਂ ਚਾਹੇ ਉਹ ਤੋ ਕੁਰਤੇ ਪਜਾਮੇ ਸਵਾਓ ਚਾਹੇ ਛੱਗੇ ਬਣਾਓ ਚਾਹੇ ਕਮੀਜ਼ਾ ਬਣਾਓ ਕੋਟ ਬਣਾਓ ਪੱਖੋ-ਵਕ ਦੇਸ਼ਾਂ ਵਿਦੇਸ਼ਾਂ ਜੋ ਮਾਲ ਜਾਵੇ ਥਾਂ ਦੇ ਥਾਂ ਬਣ ਤੋ ਪਰ ਜਨਾਬ ਕਹਿੰਦੇ ਰੰਗ ਹੋਊਗਾ ਤੇ ਜਦੋਂ ਰੰਗ ਹੋਊਗਾ ਕੱਪੜੇ ਨੂੰ ਫਿਰ ਦਾ ਮਤਲਬ ਡਾਈ ਇੰਡਸਟਰੀ ਆਊਗੀ ਉਹ ਕੈਮੀਕਲ ਆਉਣਗੇ ਕੈਮੀਕਲ ਆਉਣਗੇ ਤਾਂ ਭਾਰੀ ਤਾਤਾਂ ਆਉਣਗੀਆਂ ਉਹ ਕੈਮੀਕਲ ਭਾਰੀ ਤਾਤਾਂ ਪਾਣੀ 'ਚ ਜਾਣਗੀਆਂ ਤਾਂ ਫਿਰ ਪਾਣੀ ਜ਼ਹਿਰੀ ਹੋਊਗਾ ਫਿਰ ਉਸ ਇਲਾਕੇ 'ਚ ਕੈਂਸਰ ਆਊਗਾ ਕਾਲਾ ਪੀੜੀ ਆਊਗਾ ਖਤਰਾ ਖੜਾ ਦੂਜੇ ਪਾਸੇ ਇੱਕ ਪੱਖ ਹੋ ਵੀ ਆ ਕਿ ਜਦੋਂ ਉਦਯੋਗ ਆਏਗਾ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁੱਲ ਪੈਣਗੇ ਇਲਾਕੇ ਨੂੰ ਰੋਜ਼ਗਾਰ ਮਿਲੇਗਾ ਜ਼ਮੀਨਾਂ ਦੇ ਮੁੱਲ ਪੈਣਗੇ ਤੇ ਰੋਜ਼ਗਾਰ ਮਿਲੇਗਾ ਰੋਜ਼ਗਾਰ ਇੱਕ ਪਾਸੇ ਸੁਖਾਵਾਂ ਪਹਿਲੂ ਵੀ ਆ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਪੀੜ੍ਹੀ ਨੂੰ ਇਸ ਇਲਾਕੇ ਨੂੰ ਇੱਕ ਨਵਾਂ ਰੋਜ਼ਗਾਰ ਮਿਲੇਗਾ ਦੋਵੇਂ ਪਾਸੇ ਇਹ ਵੀ ਖਤਸਾ ਹੈ ਕਹਿੰਦੇ ਕਿ ਇੰਡਸਟਰੀ ਪੰਜਾਬ 'ਚ ਲੱਗਣੀ ਖੇਤ ਪੰਜਾਬ ਦੇ ਲੈਣੇ ਖੇਤ ਪੰਜਾਬ ਦੇ ਉਜੜਨੇ ਜ਼ਮੀਨਾਂ ਪੰਜਾਬ ਦੀਆਂ ਹੱਥੇ ਆਉਣੀਆਂ ਤੇ ਰੋਜ਼ਗਾਰ ਬਾਹਰ ਨੂੰ ਮਿਲਣਾ ਤੇ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਣਾ ਇਹ ਵੀ ਖਤਰਾ ਖੜਾ। ਦੂਸਰਾ ਜਿਹੜੇ ਕਹਿੰਦੇ ਕਿ ਜ਼ਮੀਨਾਂ ਵੱਧ ਮੁੱਲ ਪੈ ਜਾਣਾ ਉਹ ਆ ਕੇ ਇੱਕ ਵਾਰ ਮਹਾਲੀ ਮੁੱਲਾਪੁਰ ਜ਼ਰੂਰ ਗੇੜਾ ਮਾਰ ਲੈਣ। ਜਿੱਥੇ ਇੰਡਸਟਰੀ ਲਈ ਜ਼ਮੀਨਾਂ ਲਈਆਂ ਗਈਆਂ, ਜਿੱਥੇ ਫਲੈਟ ਉਹ ਸਾਰਨ ਲਈ ਜ਼ਮੀਨਾਂ ਲਈਆਂ ਗਈਆਂ, ਜਿੱਥੇ ਹੋਟਲ ਬਣਾਉਣ ਲਈ ਜ਼ਮੀਨਾਂ ਲਈਆਂ ਗਈਆਂ ਤੇ ਉਹ ਜਿਨ੍ਹਾਂ ਕਿਸਾਨਾਂ ਦੀ ਜ਼ਮੀਨਾਂ ਆਈਆਂ ਕਹਿੰਦੇ ਜਿਹੜਾ ਕਿੱਲਾ 10-10 20-20 ਲੱਖ ਦਾ ਸੀ ਉਹ ਕਰੋੜ-ਕਰੋੜ ਦਾ ਦੋ-ਦੋ ਕਰੋੜ ਦਾ, ਪੰਜ-ਪੰਜ ਕਰੋੜ ਦਾ ਵਿਕਿਆ। ਤੇ ਉਹਨਾਂ ਕਿਸਾਨਾਂ ਚੋਂ ਕਿੰਨਿਆਂ ਨੇ ਮੁੜ ਕੇ ਜ਼ਮੀਨ ਲਈ? ਕਿੰਨਿਆਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ? ਜਿਨ੍ਹਾਂ ਨੇ ਆਪਣੀ ਸੋਝੀ ਅਨੁਸਾਰ ਸਮਝ ਅਨੁਸਾਰ ਦੁਆਰਾ ਜ਼ਮੀਨ ਬਣਾਈ ਉਹ ਬਚੇ ਤੇ ਜਿਨ੍ਹਾਂ ਨੇ ਆ ਜੀ ਇੰਸ਼ੋਰੈਂਸ ਚਲਾ ਦਿਓ ਪੈਸਾ ਆ ਸ਼ੇਅਰ ਮਾਰਕੀਟ ਚਲਾ ਦਿਓ ਜੀ ਪੈਸਾ ਹਾਂ ਆ ਜੀ ਆ ਸਲੂਨ ਖੋਲ ਲੋ ਜੀ ਆ ਆ ਬਿਲਡਿੰਗ ਤੁਸੀਂ ਬਣਾ ਲਓ ਜੀ ਆ ਸ਼ੋਰੂਮਾ ਚ ਪੈ ਜਾਓ ਜੀ ਅੱਛਾ ਜੀ ਆ ਚੱਕੋ ਜੀ ਤੁਸੀਂ ਥਾਰ ਲੈ ਲਓ ਜੀ ਤੁਸੀਂ ਆ ਵੱਡੀ ਤਨਕੜਿਆਂ ਵਾਲੀ ਕਾਰ ਲੈ ਲਓ ਜੀ ਤੁਸੀਂ ਆ ਕੋਠੀ ਬਣਾ ਲਓ ਜੀ ਆ ਬਣਾ ਲਓ ਤੇ ਬਾਅਦ ਚੋ ਸੋ 10% ਵਿਅਕਤੀ ਨੇ ਉਹ ਕਿਸਾਨ ਨੇ ਜਿਨ੍ਹਾਂ ਨੇ ਇਹ ਪੈਸੇ ਨਾਲ ਫਿਰ ਜ਼ਮੀਨ ਲਈ ਆਪਣੇ ਨੂੰ ਮੁੜ ਕੇ ਸਥਾਪਿਤ ਕੀਤਾ ਪਰ ਬਾਕੀ ਕਈ ਜ਼ਮੀਨਾਂ ਚ ਘਰਾਂ ਚ ਬਿਲਡਿੰਗਾਂ ਚ ਇਮਾਰਤਾਂ ਚ ਇੱਟਾਂ ਪੱਥਰਾਂ ਚ ਰੁਲ ਕੇ ਰਹਿ ਗਏ ਸੋ ਇੱਕ ਵੱਡੀ ਚਿੰਤਾ ਖੜੀ ਹੈ ਉਸ ਇਲਾਕੇ ਦੇ ਵਿੱਚ ਜਿੱਥੇ ਮਿਹਨਤੀ ਕਿਸਾਨ ਵਸਦਾ ਕਿਤੇ ਉਹਨਾਂ ਤੋਂ ਪੈਸੇ ਨਾਲ ਇੱਕ ਵਾਰ ਪੱਕੀ ਜ਼ਮੀਨ ਲੈ ਲਈ ਜਾਵੇ ਮੁਰਕਿਓ ਦਾ ਚੁੱਲਾ ਮਗੇ ਜਾਂ ਨਹੀਂ ਮਗੇ ਇੱਕ ਵਾਰ ਮੋਟਾ ਆਇਆ ਪੈਸਾ ਵੱਡਾ ਆਇਆ ਪੈਸਾ ਕਈ ਵਾਰ ਰਾਹ ਵੀ ਪਟਕਾ ਦਿੰਦਾ ਇਹ ਫਿਕਰ ਵੀ ਆ ਪਰ ਸਵਾਲ ਕਿਲੇ ਕਿਸਾਨਾਂ ਤੋਂ ਜ਼ਮੀਨ ਲੈਣ ਦਾ ਨਹੀਂ ਹੈ ਸਵਾਲ ਉਥੇ ਸ਼ਾਮਲੜ ਜ਼ਮੀਨ ਵੀ ਪਈ ਹੈ ਕਹਿੰਦੇ ਕਿ ਸਰਕਾਰ ਨੂੰ ਇਹ ਵੀ ਹੈ ਕਿ ਸ਼ਾਮਲੜ ਜ਼ਮੀਨ ਲੈਣੀ ਸਾਨ ਵੀ ਹੈ ਥੋੜੀ ਸਸਤੀ ਵੀ ਪਊਗੀ ਤੇ ਦਿਨ-ਲਣ ਵੀ ਹੋ ਸਕਦਾ ਦਿਨ-ਲਣ ਸ਼ਾਮਲੜ ਜ਼ਮੀਨ ਪੰਜਾਬ ਦੇ ਪਿੰਡਾਂ 'ਚ ਜਿਨ੍ਹਾਂ ਕੋਲ ਸ਼ਾਮਲੜ ਜ਼ਮੀਨ ਹੈ ਉਹ ਪਿੰਡ ਦਾ ਖਜ਼ਾਨਾ ਹੈ ਉਹ ਪਿੰਡ ਦਾ ਇੱਕ ਚਲਾਉਣ ਲਈ ਪਿੰਡਾਂ ਨੂੰ ਚਲਾਉਣ ਲਈ ਕੰਮ ਦੇਣ ਦਾ ਸਰੋਤ ਹੈ ਉਸ ਜ਼ਮੀਨ ਦੀ ਆਮਦਨ ਨਾਲ ਹਾਲੇ ਵਿਟਾਈ ਨਾਲ ਪਿੰਡ ਚੱਲਦਾ ਹੈ ਪਿੰਡ 'ਚ ਕੰਮ ਹੁੰਦੇ ਨੇ ਉਹ ਚੋ ਅੱਜਕੱਲ ਸਰਕਾਰ ਵੀ ਠੰਗ ਭਰਨ ਲੱਗੀ ਹੈ ਜਦੋਂ ਕਿ ਨਹੀਂ ਨਿਯਮ ਹੈਗਾ ਭਰਨ ਦਾ ਪਰ ਉਹਦੇ ਨਾਲ-ਨਾਲ ਸ਼ਾਮਲਾੜ ਜ਼ਮੀਨ ਗਰੀਬਾਂ ਲਈ ਕਿਸੇ ਲਈ ਸ਼ਮਸ਼ਾਨ ਘਾਟ ਬਣਿਆ ਕਿਸੇ ਲਈ ਘਰ ਬਣਿਆ ਕਿਸੇ ਲਈ ਚਾਰਾ ਗਾਹ ਬਣਿਆ ਕਿਸੇ ਲਈ ਝੌਂਪੜੀ ਪੱਟੀ ਬਣੀ ਹੈ ਕਿਸਦਾ ਰਹਿਣ ਬਸੇਰਾ ਬਣਿਆ ਕਿਸੇ ਨੂੰ ਖੇਤ ਦਿੱਤੇ ਨੇ ਬਾਉਣ ਲਈ ਹਾਂ ਉਹ 'ਚ ਸਰਕਾਰੀ ਦਬਕਾ ਪਹੁੰਚ ਅਪਰੋਚ ਕਬਜ਼ਾ ਇਹ ਵੀ ਚੱਲਦਾ ਪਰ ਜ਼ਿਆਦਾਤਰ ਇਹ ਆ ਵੀ ਹੈ ਸੋ ਇਸ ਲਈ ਹੁਣ ਉਹ ਵੀ ਇੱਕ ਖਤਰਾ ਖੜਾ ਕਿ ਕਿਤੇ ਕੱਲ ਨੂੰ ਗਰੀਬਾਂ ਦੇ ਸ਼ਮਸ਼ਾਨ ਘਾਟ ਵੀ ਨਾ ਉਜੜ ਜਾਣ ਕਿਤੇ ਭਾਈ ਜਿਹੜੇ ਗਰੀਬ ਬੰਦੇ ਬੋਂਦੇ ਨੇ ਖੇਤੀ ਕਰਦੇ ਨੇ ਉਹ ਤੋਂ ਘਰ ਚਲਾਉਂਦੇ ਨੇ ਉਹਨਾਂ ਦਾ ਕੰਮ ਨਾ ਖੁੱਸ ਜਵੇ ਦੂਏ ਪਾਸੇ ਮੈਨੂੰ ਇਹ ਹੀ ਪਤਾ ਲੱਗਿਆ ਕਿ ਜਿਹੜੀਆਂ ਕੁਝ ਚੰਗੀਆਂ ਪਹੁੰਚ ਵਾਲੀਆਂ ਧਿਰਾਂ ਇਸ ਖੇਤਰ ਦੇ ਵਿੱਚ ਉਹਨਾਂ ਜ਼ਮੀਨਾਂ ਦੇ ਉੱਤੇ ਕਾਬਜ ਨੇ ਉਹ ਕਹਿੰਦੇ ਸੱਤਾ ਕੋਲ ਪਹੁੰਚਣ ਵੀ ਲੱਗੀਆਂ ਕਿ ਜਨਾਬ 8 ਤੋਂ 10 ਲੱਖ ਦਵਾ ਦਿਓ ਸਾਨੂੰ ਸ਼ਾਮ ਲਟ ਕਿਲੇ ਦਾ ਜਮੀਨ ਤੁਸੀਂ ਲੈ ਲਿਓ ਅਸੀਂ ਉਹਦੇ ਨਾਲ ਕੋਈ ਹੋਰ ਕੁਝ ਕਰ ਲਾਂਗੇ ਸੋ ਕਬਜ਼ਾ ਛੱਡਣ ਦਾ ਵੀ ਪੈਸੇ ਤੇ ਇਹ ਸੱਤਾ ਦੇ ਨੇੜੇ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਹੰਸਾਲੀ ਵਾਲਾ ਖੇਤਰ ਤੇ ਦੂਏ ਪਾਸੇ ਉੱਚਾ ਰਿਉਣਾ ਨੀਮਾਰਿਉਣਾ ਵਾਲਾ ਖੇਤਰ ਜੀ ਹਾਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਵਾਲਾ ਸ਼ੇਰਸ਼ਾ ਸੂਰੀ ਮਾਰਗ ਸ਼ੇਰਸ਼ਾ ਸੂਰੀ ਮਾਰਗ ਦੇ ਉੱਤੇ ਖੰਨਾ ਫਤਿਹਗੜ੍ਹ ਸਾਹਿਬ ਸਰੰਦ ਰਾਜਪੁਰਾ ਜਿਹੜੀ ਆ ਬੈਲਟ ਆ ਇਹ ਐਨ ਹਾਈਵੇ ਦੇ ਉੱਤੇ ਆ ਸੋ ਇਹਦੇ ਉੱਤੇ ਰੇਲਵੇ ਲਾਈਨ ਵੀ ਨਾਲ ਹੈ ਆ ਰਾਸੀ ਮਾਰਗ ਵੀ ਨਾਲੇ ਨਾਲ ਇਸ ਲਈ ਕਹਿੰਦੇ ਕਿ ਹੁਣ ਇਹ ਥਾਂ ਉਦਯੋਗ ਲਈ ਬਹੁਤ ਵਧੀਆ ਕਿ ਸੜਕ ਵੀ ਹੈਗੀ ਤੇ ਰੇਲਵੇ ਵੀ ਹੈਗਾ ਤੇ ਪਹਿਲੀ ਡਿਮਾਂਡ ਹੈ ਜੀ ਕਹਿੰਦੇ ਟੈਕਸਟਾਈਲ ਪਾਰਕ ਦੀ ਕਿ ਰੇਲਵੇ ਨੇੜੇ ਹੋਣੀ ਚਾਹੀਦੀ ਆ ਤੇ ਉਹਦੇ ਲਈ ਹੁਣ ਜੇ ਹੰਸਾਲੀ ਵਾਲੇ ਪਾਸੇ ਜ਼ਮੀਨ ਲੈਂਦੇ ਨੇ ਤਾਂ ਉਹਨੂੰ ਪਹਿਲਾਂ ਇੰਡਸਟਰੀ ਜ਼ੋਨ ਐਲਾਨਿਆ ਹੋਇਆ ਪਰ ਉਹ ਪ੍ਰਾਈਵੇਟ ਕਿਸਾਨਾਂ ਤੋਂ ਲੈਣੀ ਪੈਣੀ ਆ ਤੇ ਦੂਸਰੇ ਪਾਸੇ ਜਿੱਕਰ ਸੜਕ ਦੇ ਪਰਲੇ ਪਾਸੇ ਲੈਂਦੇ ਨੇ ਤਾਂ ਉੱਚਾ ਰਿਉਣਾ ਨੀਮਾ ਰਿਉਣਾ ਪੰਜੋਲਾ ਪੰਜੋਲੀ ਇਹ ਕਿੰਨੇ ਹੀ ਪਿੰਡ ਨੇ ਤੇ ਉੱਥੇ ਕਹਿੰਦੇ ਕਿ ਨੀਮੇ ਰਿਉਨੇ ਕੋਲ ਤਾਂ 400 ਏਕੜ ਦੇ ਕਰੀਬ ਜ਼ਮੀਨ ਸਿੱਧਿਓ ਪਈ ਆ ਜਿਹੜੀ ਸ਼ਾਮਲੜ ਜ਼ਮੀਨ ਆ ਤੇ ਹੋਰ ਇੱਕ ਪਿੰਡ ਕੋਲ ਵੀ 200 250 ਏਕੜ ਕਹਿੰਦੇ ਸ਼ਾਮਲੜ ਜ਼ਮੀਨ ਹੈ ਗਿਆ ਉਹਦੇ ਪਰਾਕਾ ਪਰ ਇਹ ਸਭ ਦੇ ਨਾਲ ਨਾਲ ਜਿਹੜੀਆਂ ਤਸਵੀਜ਼ਾਂ ਪੂਰੀਆਂ ਹੋਈਆਂ ਨੇ ਇੱਕ ਖਾਸ ਤਸਵੀਜ਼ ਉੱਚਾ ਰਿਉਨਾ ਨੀਮੇ ਰਿਉਨਾ ਕੋਲ ਇਹ ਹੈ ਕਿ ਇੱਕ ਚੋਹ ਹੈ ਖਾਲੀ ਸੂਏ ਵਰਗੇ ਇੱਕ ਚੋਹ ਵਗਦਾ ਜਿਹੜਾ ਕਹਿੰਦੇ ਬਰਸਾਤ ਦੇ ਟਾਈਮ 'ਚ ਚੰਗਾ ਭਲਾ ਵਗਦਾ ਹੁਣ ਅੱਜਕੱਲ ਹੁਣ ਮਤਲਬ ਕਿ ਬਰਸਾਤ 'ਚ ਪਾਣੀ ਆਉਂਦਾ ਰੂਟੀਨ 'ਚ ਨਹੀਂ ਆਉਂਦਾ ਪਰ ਉਹ ਚੋਹ ਕਹਿੰਦੇ ਕਿ ਇੰਡਸਟਰੀ ਨੂੰ ਬਹੁਤ ਤੇ ਇਸੇ ਚੋ ਦੀ ਚੋਣ ਨੇ ਹੀ ਖਤਰਾ ਪੈਦਾ ਕੀਤਾ ਕੀ ਇਹਦਾ ਮਤਲਬ ਇੱਥੇ ਡਾਈ ਇੰਡਸਟਰੀ ਆਏਗੀ ਕਿ ਜ਼ਹਿਰੀ ਪਾਣੀ ਉਹ ਚ ਛੱਡਿਆ ਜਾਏਗਾ ਕਿ ਇੱਕ ਹੋਰ ਬੁੱਢਾ ਨਾਲਾ ਗੰਦਾ ਨਾਲਾ ਫਤੇਗੜ ਸਾਹਿਬ ਦੀ ਧਰਤੀ 'ਚ ਕੱਢਣ ਦੀ ਤਿਆਰੀ ਆ ਕਿ ਫਤੇਗੜ ਸਾਹਿਬ ਦੀ ਧਰਤੀ ਨੂੰ ਨਵਾਂ ਲੁਧਿਆਣਾ ਬਣਾਉਣ ਦੀ ਤਿਆਰੀ ਆ ਸਵਾਲ ਖੜਾ ਜਨਾਬ ਰੋਜ਼ਗਾਰ ਜਦੋਂ ਮਿਲੇਗਾ ਮਿਲੇਗਾ ਉਦਯੋਗ ਜਦੋਂ ਆਉਣਗੇ ਤਾਂ ਆਉਣਗੇ ਪਰ ਉਹਦੇ ਨਾਲ ਕੀ ਕੈਂਸਰ ਆਏਗਾ ਕਿ ਕਾਲਾ ਪੀਲੀ ਆਏਗਾ ਕਿ ਇਹ ਰੋਗ ਆਉਣਗੇ ਕਿ ਧਰਤੀ ਜ਼ਹਿਰੀ ਹੋਏਗੀ ਧਰਤੀ ਇਟਲਾ ਪਾਣੀ ਜ਼ਹਿਰੀ ਹੋਏਗਾ ਦਰਿਆ ਨਹਿਰਾਂ ਫਿਰ ਜ਼ਹਿਰੀ ਹੋਣਗੀਆਂ ਆ ਇੱਕ ਫਿਕਰਮੰਦੀ ਨਵੀਂ ਖੜੀ ਕਰ ਦਿੱਤੀ ਸੋ ਇਸ ਲਈ ਇਹ ਸਪਸ਼ਟੀਕਰਨ ਜ਼ਰੂਰ ਦਿਓ ਜਨਾਬ 100 ਪਿੱਤੇ ਦੀ ਗ੍ਰੀਨ ਲਿਖਣ ਨਾਲ ਕੁਝ ਗ੍ਰੀਨ ਨਹੀਂ ਹੋ ਜਾਂਦਾ ਹਰੀਆਂ ਐਨਕਾ ਲਾਉਣ ਨਾਲ ਸਾਰਾ ਕੁਝ ਹਰਾ ਨਹੀਂ ਹੋ ਜਾਂਦਾ ਸੋ ਜਨਾਬ ਸਫਾਈ ਜ਼ਰੂਰ ਦਿਓ ਇਹ ਪੱਖ ਜ਼ਰੂਰ ਰੱਖਿਓ ਪੰਜਾਬ ਸਰਕਾਰ ਕਹਿੰਦੀ ਸਾਡਾ ਕੰਮ ਜ਼ਮੀਨ ਲੈਣਾ ਹੈ ਕੇਂਦਰ ਕਹਿੰਦਾ ਸਾਡਾ ਕੰਮ ਜ਼ਮੀਨ ਅਲਾਟ ਕਰਨਾ ਤੇ ਅਲਾਟ ਕਿਹਨੂੰ ਕਰਨੀ ਪ੍ਰਾਈਵੇਟ ਘਰਾਣਿਆਂ ਨੂੰ ਵੱਡੇ ਘਰਾਣਿਆਂ ਨੂੰ ਤੇ ਜਿਨ੍ਹਾਂ ਨੇ ਉਹ ਘਰਾਣਿਆਂ ਨੇ ਜ਼ਮੀਨ ਲੈਣੀ ਤੇ ਫਿਰ ਉਹਨਾਂ ਆਪਣੀ ਮਨਮਰਜ਼ੀ ਵੀ ਕਰਨੀ ਜੀਰੇ ਵਾਲੀ ਉਦਾਹਰਨ ਸਾਡੇ ਸਾਹਮਣੇ ਆ ਕਿ ਜੀਰੇ ਦੇ ਵਿੱਚ ਘਿਓ ਦੀ ਫੈਕਟਰੀ ਦੇ ਲਾਲਚ ਦੇ ਕੇ ਲੋਕਾਂ ਨੂੰ ਰੋਜ਼ਗਾਰ ਦੇ ਲਾਲਚ ਦੇ ਕੇ ਲੋਕਾਂ ਨੂੰ ਸ਼ਰਾਬ ਦੀ ਫੈਕਟਰੀ ਲਾਈ ਅੱਜ ਖੇਤਾਂ ਦੀਆਂ ਮੋਟਰਾਂ ਦੇ ਵਿੱਚੋਂ ਸ਼ਰਾਬ ਵਰਗਾ ਲਾਹਣ ਨਿਕਲ ਰਿਹਾ ਇੱਕ ਢੂਏ ਦਾ ਗਵਾਰ ਇੱਕ ਹਵਾ ਦਾ ਬੁੱਲਾ ਆਇਆ ਤਾਂ ਰਾਖ ਦਾ ਗਵਾਰ ਖੜਾ ਹੋ ਗਿਆ ਉਸ ਇਲਾਕੇ ਦੇ ਵਿੱਚ ਸੋ ਆ ਆ ਤਸਵੀਰਾਂ ਫਤਿਹਗੜ ਸਾਹਿਬ ਨਾਲ ਦੇਖਣ ਨੂੰ ਮਿਲ ਜਾਣ ਇਹ ਖਤਰਾ ਵੀ ਲੋਕਾਂ ਨੂੰ ਖੜਾ ਸੋ ਇਸ ਲਈ ਚੰਦ ਮੌਕੇ ਦੀ ਕਮਾਈ ਚੰਦ ਘੜੀਆਂ ਦੀ ਕਮਾਈ ਦੇ ਚੱਕਰ ਦੇ ਵਿੱਚ ਕਿਤੇ ਉਹ ਸ਼ਾਂਤ ਇਲਾਕਾ ਕਿਤੇ ਅਸੀਂ ਜ਼ਹਿਰੀ ਇਲਾਕਾ ਨਾ ਬਣਾ ਲਈਏ ਨਵਾਂ ਲੁਧਿਆਣਾ ਨਵਾਂ ਬੁੱਢਾ ਨਾਲਾ ਨਹੀਂ ਚਾਹੀਦਾ ਪੰਜਾਬ ਨੂੰ ਪੰਜਾਬ ਨੂੰ ਰੋਜ਼ਗਾਰ ਜ਼ਰੂਰ ਚਾਹੀਦਾ ਪਰ ਪੰਜਾਬ ਦੇ ਹਾਨ ਦਾ ਹੋਵੇ ਟੈਕਨੋਲੋਜੀ ਦੇ ਹਾਨ ਦਾ ਹੋਵੇ ਸਮੇ ਦੇ ਹਾਨ ਦਾ ਹੋਵੇ ਸੋ ਪੰਜਾਬ ਨੂੰ ਹੋਰ ਜ਼ਹਿਰੀ ਨਾ ਕਰਿਓ ਇਹਦੇ ਤੇ ਗੌਰ ਕਰਿਓ ਫਿਰ ਪਰਤਾਂਗੇ ਤੁਸੀਂ ਜੁੜੇ ਰਹੋ ਲਿਬਰਲ ਟੀਵੀ ਦੇ ਨਾਲ ਲੋਕਾਂ ਦੀ ਆਵਾਜ਼ ਲੋਕਾਂ ਲਈ